चलो जी हुण आपां थोड़ा जिहा रोमन टाइम्स च आ गए हां। उत्थे रोमन टनल्स दी गल होण जा रही आ ते रोमन टनल्स दी गल दे विच सब तों पहला क्वेश्चन आ गया साडा, द काउंटर एक्सकवेशन मैथड कंप्लीटली रिप्लेस द क्विनेट मैथड इन द 6th century BC। स्ट्रोंग कीवर्ड ने 6th century BC, आपां देख लैने आ कि इहने पूरी तरह रिप्लेस करता। Kinda by the 6th century BCE, a second method of tunnel construction appeared, called the counter excavation method. ਇਹਦੇ ਵਿੱਚ ਕੀ ਸੀ, ਇਨ ਵਿੱਚ ਦ ਟਨਲ ਵਾਸ ਕੰਸਟਰਕਟਡ ਫਰੋਮ ਬੋਥ ਹੈਂਡਸ, ਇੱਕੋ ਪਾਸੇ ਜਾ ਕੇ ਸੁਰੰਗ ਖੋਦ ਕੇ ਦੂਜੇ ਪਾਸੇ ਜਾਣ ਦੀ ਬਜਾਏ ਇੱਧਰੋਂ ਵੀ ਸ਼ੁਰੂ ਕਰ ਦਿੰਦੇ ਸੀ ਇੱਧਰੋਂ ਵੀ ਕਰ ਦਿੰਦੇ ਸੀਗੇ ਤਾਂ ਕਿ ਛੇਤੀ ਆਪਾਂ ਬਣਾ ਲਈਏ। ਇਟ ਵਾਸ ਯੂਜ ਟੂ ਕੱਟ ਥਰੂ ਹਾਈ ਮਾਊਂਟੇਨਸ ਬਿਟਵੀਨ ਦ ਕੈਨਡ ਮੈਥਡ ਵਾਸ ਨੋਟ ਅ ਪ੍ਰੈਕਟੀਕਲ ਆਲਟਰਨੇਟਿਵ, ਕਹਿੰਦਾ ਕੋਈ ਬਹੁਤ ਖਾਸ ਜਾਂ ਪ੍ਰੈਕਟੀਕਲ ਜਾਂ ਹੋਣ ਵਾਲਾ ਆਲਟਰਨੇਟਿਵ ਨਹੀਂ ਸੀਗਾ, ਜੇ ਵਿਕਲਪ ਹੀ ਨਹੀਂ ਸੀਗਾ ਤਾਂ ਇਹਨੇ ਕਿੱਥੇ ਪੂਰੀ ਤਰ੍ਹਾਂ ਰਿਪਲੇਸ ਕਰ ਦਿੱਤਾ ਹੋਏਗਾ। ਫੋਰ ਦੈਟ ਰੀਜ਼ਨ ਦੀ ਆਂਸਰ ਇਜ਼ ਫਾਲਸ। ਓਨਲੀ ਐਕਸਪੀਰੀਅੰਸ ਬਿਲਡਰ ਜਿਹੜੇ ਸੀਗੇ ਵਰ ਇੰਪਲੋਇਡ ਟੂ ਕੰਸਟਰਕਟ ਅ ਟਨਲ ਯੂਜਿੰਗ ਦ ਕਾਊਂਟਰ ਐਕਸਕਵੇਸ਼ਨ ਮੈਥਡ। ਸਾਨੂੰ ਦੇਖਣਾ ਪਏਗਾ ਕਿ ਜਿਹਨਾਂ ਨੂੰ ਅਪੁਆਇੰਟ ਕੀਤਾ ਗਿਆ ਕਿ ਉਹ ਵਾਕਈ ਸਿਰਫ ਅਤੇ ਸਿਰਫ ਆਪਣਾ ਐਕਸਪੀਰੀਅੰਸਡ ਵਨ ਸੀਗੇ। ਇੱਥੇ ਲਿਖਿਆ, ਦਿਸ ਮੈਥਡ ਰਿਕੁਆਇਰ ਗ੍ਰੇਟਰ ਪਲੈਨਿੰਗ, ਐਡਵਾਂਸ ਨੌਲੇਜ, ਸਰਵਿੰਗ, ਮੈਥਮੈਟਿਕਸ, ਜੋਮੈਟਰੀ, ਐਸ ਬੋਥ ਐਂਡਸ ਆਫ ਦ ਟਨਲ ਹੈਡ ਟੂ ਮੀਟ ਕਰੈਕਟਲੀ। ਐਡਜਸਟਮੈਂਟਸ ਦੀ ਗੱਲ ਕੀਤੀ ਹੈ, ਕੌਂਸਟੈਂਟ ਐਡਵਾਂਸਿੰਗ ਡਾਇਰੈਕਸ਼ਨ ਦੀ ਗੱਲ ਕੀਤੀ ਆ, ਲੇਕਿਨ ਜਿਨ੍ਹਾਂ ਨੇ ਬਣਾਇਆ ਉਹ ਸਿਰਫ ਅਤੇ ਸਿਰਫ ਐਕਸਪਰਟ ਹੋਣੇ ਚਾਹੀਦੇ ਸੀ, ਇਹਦੀ ਕੋਈ ਰੈਫਰੈਂਸ ਨਹੀਂ ਹੈ। ਆਂਸਰ ਇਜ਼ ਨੋਟ ਗਿਵਨ। ਕਹਿੰਦਾ ਦ ਇਨਫੋਰਮੇਸ਼ਨ ਅਬਾਊਟ ਅ ਪ੍ਰੋਬਲਮ that occurred during the construction of the Salte aqueduct system was found in an ancient book. ਕਹਿੰਦਾ ਕਿ ਇਹ ਜਿਹੜੀ ਜਾਣਕਾਰੀ ਇਹਦੇ ਬਾਰੇ ਮਿਲੀ ਹੈ ਨਾ ਸਾਨੂੰ ਕਿ ਪ੍ਰੋਬਲਮ ਹੋ ਗਈ ਸੀ ਇਹਨੂੰ ਬਣਾਉਣ ਲਈ ਜਿਹੜੀ ਵੀ ਜਗ੍ਹਾ ਇਹ Salte aqueduct ਕਰਕੇ, ਉਹ ਜਾਣਕਾਰੀ ਕਿੱਥੇ ਮਿਲੀ? ਇਹਨਾਂ ਨੇ ਏਸ਼ੀਅਨ ਬੁੱਕ ਦੇ ਵਿੱਚ ਮਿਲੀ ਹੈ। ਆਪਾਂ ਨੂੰ ਇਹੀ ਦੇਖਣਾ ਕਿ ਬੁੱਕ 'ਚ ਮਿਲੀ ਹੈ ਜਾਂ ਕਿਤੇ ਹੋਰ ਮਿਲੀ ਹੈ, ਉਹਦੇ ਅਕੋਰਡਿੰਗਲੀ ਸਾਡਾ ਆਂਸਰ ਡਿਸਾਈਡ ਹੋਏਗਾ। ਸਟਰੋਂਗ ਕੀਵਰਡ ਤਾਂ ਸਾਨੂੰ ਮਿਲ ਗਿਆ Salte aqueduct system, ਲਾਈਨ ਕਿੱਥੋਂ ਸਟਾਰਟ ਹੋ ਰਹੀ ਹੈ, ਐਂਡ ਇਨਸਕ੍ਰਿਪਸ਼ਨ ਹੁੰਦਾ ਉਕੇਰਨਾ, ਜਿਵੇਂ ਮੰਮੀ ਵੀ ਸਟੀਲ ਦਾ ਇੱਕ ਗਲਾਸ ਲੈ ਕੇ ਆਏਗੀ ਨਾ ਉੱਥੇ, ਡੈਡੀ ਦਾ ਨਾਮ ਲਿਖਵਾ ਦੂਗੀ ਕਿਤੇ ਕੋਈ ਸਾਡਾ ਗਲਾਸ ਦਾ ਚੱਕ ਕੇ ਲੈ ਜਾਏ। ਐਂਡ ਇਨਸਕ੍ਰਿਪਸ਼ਨ ਰਿਟਨ ਔਨ ਦੀ ਸਾਈਡ ਆਫ ਅ 428 meter ਟਨਲ ਬਿਲਡ ਬਾਏ ਦ ਰੋਮਨਸ ਐਜ ਪਾਰਟ ਆਫ ਆਹਾ ਡਿਸਕ੍ਰਾਈਬ ਹਾਓ ਦ ਟੀਮ ਆਫ ਬਿਲਡਰਸ ਮਿਸਡ ਈਚ ਅਦਰ। ਇੱਥੋਂ ਕਲੀਅਰ ਆ ਕਿ ਕਿਵੇਂ ਉਹਨਾਂ ਨੇ ਇਹ ਗਲਤੀ ਕਰ ਲਈ, ਲੇਕਿਨ ਲਿਖਿਆ ਕਿੱਥੇ ਸੀਗਾ? ਇੱਕ ਜਗ੍ਹਾ 'ਤੇ ਉਹਦੇ ਉੱਪਰ ਵਾਲ ਦੇ ਉੱਪਰ ਲਿਖਿਆ ਹੋਇਆ ਸੀਗਾ, ਇੱਥੇ ਉਹ ਕਹਿ ਰਿਹਾ ਏਨਸ਼ੀਅੰਟ ਬੁੱਕ 'ਚ ਲਿਖਿਆ ਸੀਗਾ, ਜਿਹਦੇ ਕਰਕੇ ਦੋਨੋਂ ਗੱਲਾਂ ਮੈਚ ਨਹੀਂ ਕਰ ਰਹੀਆਂ। ਆਂਸਰ ਇਜ਼ ਫਾਲਸ। ਨੈਕਸਟ ਕੁਐਸਚਨ, ਦ ਮਿਸਟੇਕ ਮੇਡ ਬਾਏ ਦ ਬਿਲਡਰਸ ਵਾਸ ਦੈਟ ਟੂ ਪਾਰਟਸ ਆਫ ਦ ਟਨਲਸ ਫੇਲ ਟੂ ਮੀਟ। ਸ਼ਾਇਦ ਬਿਲਕੁਲ ਆਪਾਂ ਇਹੀ ਲਾਈਨ ਪੜ੍ਹੀ ਆ ਕਿ ਟੂ ਟੀਮਸ ਆਫ ਬਿਲਡਰਸ ਮਿਸਡ ਈਚ ਅਦਰ ਇਨ ਦ ਮਾਊਂਟੇਨ ਐਂਡ ਹਾਓ ਲੇਟਰ ਕੰਸਟਰਕਸ਼ਨ ਆਫ ਅ ਲੇਟਰਲ ਲਿੰਕ ਬਿਟਵੀਨ ਬੋਥ ਕੋਰੀਡੋਰਸ ਕਰੈਕਟਡ ਦ ਇਨੀਸ਼ੀਅਲ ਐਰਰ। ਇੱਧਰੋਂ ਵਿਚਾਰੇ ਸ਼ੁਰੂ ਹੋ ਗਏ ਸ਼ਾਇਦ ਇੱਧਰ ਪਹੁੰਚ ਗਏ, ਇਹ ਇੱਧਰੋਂ ਸ਼ੁਰੂ ਹੋ ਗਏ ਵਿਚਾਰੇ ਸ਼ਾਇਦ ਉੱਧਰ ਪਹੁੰਚ ਗਏ, ਮੁੜ ਕੇ ਫਿਰ ਵਿਚਾਲੇ ਇੱਕ ਹੋਰ ਟਨਲ ਬਣਾਈ ਗਈ ਇਹਨਾਂ ਦੋਨਾਂ ਨੂੰ ਆਪਸ 'ਚ ਜੋੜਨ ਲਈ। ਸੋ ਦੈਟਸ ਦ ਰੀਜ਼ਨ ਕਿ ਵਾਕਈ ਪ੍ਰੋਬਲਮ ਇਹ ਹੋਈ ਸੀ ਕਿ ਉਹਨਾਂ ਦੀ ਮਿਸਟੇਕ ਇਹ ਸੀ ਕਿ ਦੋਨੋਂ ਆਪਸ 'ਚ ਨਹੀਂ ਮਿਲ ਪਾਏ ਸੀਗੇ। ਸੋ ਦੀ ਆਂਸਰ ਇਜ਼ ਤੁਹਾਡੀ ਆਇਲਸ ਰੀਡਿੰਗ ਇੱਕ ਬਹੁਤ ਵੱਡੀ ਪਰੇਸ਼ਾਨੀ ਆ, ਤਾਂ ਕਿਉਂ ਨਾ ਆਪਾਂ ਇਸ ਪਰੇਸ਼ਾਨੀ ਨੂੰ ਦੂਰ ਕਰੀਏ। ਕਦੋਂ ਤੱਕ 5.5 ਲੈਂਦੇ ਰਹਾਂਗੇ ਅਤੇ 6 ਦੇ ਟਾਰਗੇਟ ਦਾ ਸੁਪਨਾ ਰੱਖਾਂਗੇ, ਆਓ ਸੁਪਨਾ ਹੀ ਵੱਡਾ ਕਰ ਲਈਏ, 6.5-7 ਦਾ ਘੱਟੋ ਘੱਟ ਵੀ ਅਤੇ ਉਹਨੂੰ ਪੂਰਾ ਵੀ ਕਰੀਏ, ਅਤੇ ਉਹ ਪੂਰਾ ਹੋਊਗਾ ਮੇਰੇ ਨਾਲ ਰਮਨ ਆਇਲਸ ਕੋਚਿੰਗ। ਮੇਰਾ ਚੈਨਲ ਤੁਸੀਂ ਬਹੁਤ ਦੇਰ ਤੋਂ ਫੋਲੋ ਕਰ ਰਹੇ ਹੋ, ਤੁਹਾਡੇ ਲਈ ਇਹ ਪੰਜਾਬੀ ਚੈਨਲ ਆਪਾਂ ਨਵਾਂ ਸ਼ੁਰੂ ਕੀਤਾ, ਲੇਕਿਨ ਜਿਵੇਂ ਕਿ ਤੁਹਾਨੂੰ ਪਤਾ ਕਿ ਮੇਰੀ ਐਪਲੀਕੇਸ਼ਨ ਵੀ ਹੈ ਆਇਲਸ ਕੋਚਿੰਗ, ਜਿਹਦੇ ਉੱਪਰ ਅਸੀਂ ਬਹੁਤ ਸਾਰੇ ਪੇਡ ਕੋਰਸਿਸ ਵੀ ਰਨ ਕਰਦੇ ਹਾਂ। ਉੱਥੇ ਜੇ ਤੁਸੀਂ ਮੇਰਾ ਇੱਕ ਸਿਰਫ ਇਹ ਆਇਲਸ ਰੀਡਿੰਗ ਬੈਂਡ 9 ਸਕਸੈਸ ਪ੍ਰੋਗਰਾਮ ਚੈੱਕ ਕਰੋਗੇ ਤਾਂ ਤੁਹਾਨੂੰ ਮਜ਼ਾ ਹੀ ਆ ਜਾਏਗਾ। ਤੁਹਾਨੂੰ ਇੱਦਾਂ ਰੀਡਿੰਗ ਕਦੇ ਕਿਸੇ ਨੇ ਨਹੀਂ ਕਰਾਈ, ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਏਗੀ। ਓਨਲੀ 999 ਇਸ ਪ੍ਰੋਗਰਾਮ ਨੂੰ ਅਸੀਂ ਇੰਨਾ ਕੁ ਕੋਸਟ ਫਰੈਂਡਲੀ ਬਣਾਇਆ ਕਿ ਸਟੂਡੈਂਟਸ ਨੂੰ 2 ਵਾਰ ਸੋਚਣਾ ਨਾ ਪਵੇ ਲੈਣ ਤੋਂ ਪਹਿਲੇ। ਤੁਸੀਂ ਐਂਡਰੋਇਡ ਯੂਜ਼ਰ ਹੋ ਤਾਂ ਆਇਲਸ ਕੋਚਿੰਗ ਐਪਲੀਕੇਸ਼ਨ ਹੁਣੇ ਡਾਊਨਲੋਡ ਕਰੋ। ਐਪਲ ਫੋਨ ਰੱਖਦੇ ਹੋ, ਪੰਜਾਬੀ ਹੋ, ਬੜੇ ਸਾਰੇ ਐਪਲ ਫੋਨ ਦੇ ਦੀਵਾਨੇ ਨੇ, ਡਾਊਨਲੋਡ ਕਰ ਲਿਓ ਮਾਈ ਇੰਸਟੀਚਿਊਟ 'ਤੇ ਇੱਕ ਕੋਡ ਤੁਹਾਨੂੰ ਜਿਹੜਾ ਐਂਟਰ ਕਰਨਾ ਹੋ ਰਹੇਗਾ
ਹੋਏਗਾ IELTS ਤੇ ਇਸ ਤੋਂ ਬਾਅਦ ਤੁਹਾਨੂੰ ਮੇਰੇ ਕਈ ਸਾਰੇ ਪੇਡ ਪ੍ਰੋਗਰਾਮਸ ਨਜ਼ਰ ਆਣਗੇ ਉਹਨਾਂ ਵਿੱਚੋਂ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਬਾਏ ਕਰ ਲੈਣਾ ਡੇਜ਼ ਦੇ ਕੰਟੈਂਟਸ ਕੁਝ ਅਸੀਂ ਤੁਹਾਡੇ ਲਈ ਫ੍ਰੀ ਰੱਖੇ ਨੇ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਚੈੱਕ ਕਰਿਓ ਅਪਡੇਟਸ ਲੇਟੈਸਟ ਅਪਡੇਟਸ ਇਹਨਾਂ ਦੇ ਵਿੱਚ ਫ੍ਰੀ ਆਫ ਕੋਸਟ ਆਉਂਦੀਆਂ ਰਹਿੰਦੀਆਂ ਨੇ ਹੁਣ ਅਸੀਂ ਇਹਨੂੰ ਟੋਟਲੀ ਚੇਂਜ ਕਰਨ ਜਾ ਰਹੇ ਹਾਂ ਅਤੇ ਬਿਲਕੁਲ ਲੇਟੈਸਟ ਐਗਜ਼ਾਮ ਕੰਟੈਂਟ ਆ ਜਿਹੜਾ ਹੋਰ ਵੀ ਜ਼ਿਆਦਾ ਇਹਦੇ ਵਿੱਚ ਪਾਵਾਂਗੇ ਅਤੇ ਇਹਦਾ ਕੋਈ ਐਕਸਟਰਾ ਚਾਰਜ ਨਹੀਂ ਰਹੇਗਾ ਇੱਕ ਵਾਰ ਇਸ ਪ੍ਰੋਗਰਾਮ ਨੂੰ ਤੁਸੀਂ ਐਪ ਡਾਊਨਲੋਡ ਕਰਕੇ ਚੈੱਕ ਜ਼ਰੂਰ ਕਰੋ